ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਪੰਜਾਬ ਚ ਵਿਧਾਨ ਸਭਾ ਬੋਟਾ ਪੈਨ ਬਾਰੇ ਆਈ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਤੇ ਜਿਨ੍ਹਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਹੈ ਲਿੰਕ ਡਿਸਕ੍ਰਿਪਸ਼ਨ ਚ ਹੈ ਤੁਸੀਂ ਉੱਥੇ ਜਾ ਕੇ ਆਲੇ ਸ਼ਾਪਿੰਗ ਕਰ ਸਕਦੇ ਹਾਂ ਇਸ ਸਮੇਂ ਜਿੱਥੇ ਦੇਸ਼ ਵਿੱਚ ਕਰੋਨਾ ਅਤੇ ਬਲੈਕ ਫੰਗਸ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਨੇ ਉਤੀ ਸਰਕਾਰ ਵਿੱਚ ਚਿੰਤਾ ਚ ਨਜ਼ਰ ਆ ਰਹੀ ਹੈ ਲੋਕਾਂ ਵੱਲ ਕੋਰੋਨਾ ਦੇ ਦੌਰ ਵਿੱਚੋਂ ਕੀਤੀਆਂ ਜਾ ਰੀਆਂ ਅੰਗਲੀਆਂ ਕਾਰਨ ਸਰਕਾਰ ਵਿੱਚ ਚਿੰਤਾ ਦੇ ਵਿੱਚ ਹੈ ਜਿਸ ਨੂੰ ਸਥਿਤੀ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵੱਲੋਂ ਸਾਰੇ ਸੂਬਿਆਂ ਨੂੰ ਕੋਰੋਨਾ ਸਥਿਤੀ ਦੇ ਅਨੁਸਾਰ ਫੈਸਲੇ ਦੇ ਅਧਿਕਾਰ ਦਿੱਤੇ ਗਏ ਹਨ ਤਾਂ ਜੋ ਲੋਕਾਂ ਨੂੰ ਕੋਰੋਨਾ ਤੋਂ ਸਤਖਿਤ ਰੱਖਿਆ ਜਾ ਸਕੇ ਪੰਜਾਬ ਵਿੱਚ ਵਿਧਾਨ ਸਭਾ ਵੋਟਾਂ ਪੈਣ ਵਾਲੀ ਆਈ ਹੈ ਵੱਡੀ ਖਬਰ ਇਸ ਸਮੇਂ ਦੇਸ਼ ਅੰਦਰ ਜਿੱਥੇ ਅਜੇ ਕੋਰੋਨਾ ਕਾਰਨ ਸਥਿਤੀ ਚਿੰਤਾਜਨਕ ਬਣੀ ਹੋਈ ਹੈ ਤੇ ਹੀ ਅਗਲੇ ਸਾਲ ਹੋਣ ਵਾਲੀਆਂ ਕਈ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹੁਣ ਮੁੱਖ ਚੋਣ ਕਮਿਸ਼ਨ ਚੀਲ ਚੰਦਰਾ ਵੱਲੋਂ ਚੋਣ ਕਮਿਸ਼ਨ ਨੂੰ 572 ਹੋਣ ਵਾਲੀਆਂ ਚੋਣਾਂ ਕਰਵਾਏ ਜਾਣ ਦਾ ਭਰੋਸਾ ਦਿੱਤਾ ਗਿਆ ਹੈ। ਇਹ ਚੋਣਾਂ 2021 ਵਿੱਚ ਮਨੀਪੁਰ, ਉੱਤਰਾਖੰਡ, ਪੰਜਾਬ, ਗੋਆ ਅਤੇ ਉੱਤਰ ਪ੍ਰਦੇਸ਼ ਵਿੱਚ ਕਰਾਈਆਂ ਜਾਣੀਆਂ ਨੇ। ਉਹਨਾ ਪ੍ਰੋਸਾਦ ਆਇਆ ਹੈ ਕਿ ਹੁਣ ਮਹਾਮਾਰੀ ਦੇ ਕਮਜ਼ੋਰ ਹੋ ਜਾਣ ਅਤੇ ਛੇਤੀ ਖਤਮ ਹੋ ਜਾਣ ਦੀ ਕੋਈ ਉਮੀਦਾਂ ਕੀਤੀਆਂ ਜਾ ਰਹੀਆਂ ਨੇ ਅਤੇ ਇਸ ਦਰਮਿਆਨ ਹੀ ਅਸੀਂ ਪੰਜ ਸੂਬਿਆਂ ਵਿੱਚ ਹੋਣ ਵਾਲਿਆ ਵਿਧਾਨ ਸਭਾ ਚੋਣਾਂ ਬਿਲਕੁਲ ਤੈਅ ਕੀਤੇ ਗਏ ਪ੍ਰੋਗਰਾਮ ਅਨੁਸਾਰ ਹੀ ਕਰਵਾਈਆਂ ਜਾਣਗੀਆਂ ਉਹਨਾਂ ਕਹਿਆ ਸਾਡੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਹੈ ਕਿ ਅਸੀਂ ਵਿਧਾਨ ਸਭਾਾਂ ਦਾ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਚੋਣਾਂ ਕਰਵਾ ਲਈਏ ਜੇਤੂ ਉਮੀਦਵਾਰਾਂ ਦੀ ਸੂਚੀ ਰਾਜਪਾਲ ਨੂੰ ਸੌਂਪ ਦਿੱਤੀ ਜਾਵੇਗੀ ਉਨਾ ਗਾਇਆ ਕਿ ਸੀ ਕਰੋਨਾ ਦੇ ਦੌਰ ਵਿੱਚ ਹੀ ਬਿਹਾਰ ਤੋਂ ਬਾਅਦ ਪੰਜਾਬ ਪੱਛਮੀ ਕੇਰਲ ਅਸਾਮ ਤੇ ਕੇਂਦਰ ਸ਼ਾਸਿਤ ਪੋਂਡੀਚੇਰੀ ਵਿੱਚ ਆਈ ਚੋਣਾ ਕਰਵਾਇਆਂ ਹਨ ਸਾਨੂੰ ਮਹਾਮਾਰੀ ਦੌਰ ਵਿੱਚ ਚੋਣਾ ਕਰਵਾਉਣ ਦਾ ਕਾਫੀ ਤਜਰਬਾ ਹਾਸਲ ਹੋ ਗਿਆ ਹੈ ਉਹਨਾਂ ਗਾਇਆ ਕਿ ਇਸ ਦੀ ਜਾਣਕਾਰੀ ਕਿ ਇੰਟਰਵਿਊ ਦੌਰਾਨ ਦਿੰਦਿਆ ਹੋਇਆ ਕਿਹਾ ਹੈ ਕਿ ਕਰੋਨਾ ਦੀ ਦੂਜੀ ਲਾਰ ਕਮਜ਼ੋਰ ਹੋ ਰਹੀ ਹੈ ਅਤੇ ਮਾਮਲੇ ਵਿੱਚ ਕਾਫੀ ਗਿਣਤੀ ਘਟ ਹੈ ਖਬਰ ਨੂੰ ਲਾ ਸਕ ਦੇਖਣ ਲਈ ਤੁਹਾਡਾ